ਪੁਲਿਸ ਵਾਲੇ ਦੀ ਬੋਡੀ ਮਿਲਣ ਤੋਂ ਬਾਅਦ ਸੰਸਰੀ ਦਾ ਮਾਹੌਲ ਹੈ ਇਸੇ ਥਾਂ ਤੇ ਬਿਲਕੁਲ ਇਸੇ ਥਾਂ ਤੇ ਜਿੱਥੇ ਅਸੀਂ ਮੌਜੂਦ ਆ ਇੱਥੇ ਇਹ ਬੋਡੀ ਮਿਲੀ ਹੈ ਔਰ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਇਹ ਡਰੈਸཅੇ ਸੀਗਾ ਦੱਸਿਆ ਜਾ ਰਿਹਾ ਹਰਿਆਣਾ ਪੁਲਿਸ ਦਾ ਕਾਂਸਟੇਬਲ ਹੈ ਔਰ ਜਿਹਦੀ ਬੋਡੀ ਇੱਥੇ ਰਿਕਵਰ ਹੋਈ ਹੈ ਹਾਲਾਂਕਿ ਦੇਖੋ ਇਹ ਖੂਨ ਦੇ ਨਿਸ਼ਾਨ ਵੀ ਇੱਥੇ ਪਏ ਨੇ ਔਰ ਪੁਲਿਸ ਨੇ ਇੱਥੇ ਪੂਰਾ ਅਸਿਲ ਕਰਨ ਤੋਂ ਬਾਅਦ ਪੂਰੀ ਚੈਕਿੰਗ ਕੀਤੀ ਹੈ ਹੁਣ ਤੱਕ ਦੀ ਜਾਣਕਾਰੀ ਮੁਤਾਬਿਕ ਅਜੀਤ ਹਰਿਆਣਾ ਪੁਲਿਸ ਦਾ ਕਾਂਸਟੇਬਲ ਦੱਸਿਆ ਜਾ ਰਿਹਾ ਇੱਕ ਰਾਘੀਰ ਨੇ ਜਦ ਪੁਲਿਸ ਨੂੰ ਸਵੇਰੇ ਕਰੀਬ 8 ਵਜੇ ਦੀ ਇਨਫੋਰਮੇਸ਼ਨ ਦਿੱਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਿਹੜੀ ਬੋਡੀ ਹੈ ਉਹਨੂੰ ਆਪਣੇ ਕਬਜ਼ੇ 'ਚ ਲੈ ਕੇ 16 ਹਸਪਤਾਲ ਦੇ ਵਿੱਚ ਰਖਵਾ ਦਿੱਤਾ ਹੈ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਸਰ ਤੇ ਕਾਫੀ ਵਾਰ ਕਿਤੇ ਹੋਏ ਸੀਗੇ ਇੱਕ ਥਰਮਸ ਜਿਹੜੇ ਬੋਡੀ ਦੇ ਕੋਲ ਮਿਲਿਆ ਕੁਝ ਸਮਾਨ ਮਿਲਿਆ ਜਿਹੜਾ ਪੁਲਿਸ ਨੇ ਜਿਹੜਾ ਰਿਕਵਰ ਕਰ ਲਿਆ ਇਹ ਪੂਰਾ ਖਾਲੀ ਏਰੀਆ ਹੈ ਹਾਲਾਂਕਿ ਪੁਲਿਸ ਹੁਣ ਪੂਰਾ ਇਹ ਪੂਰਾ ਜਿਹੜਾ ਏਰੀਆ ਹੈ ਉਹਨੂੰ ਖੰਗਾਲ ਰਹੀ ਹੈ ਪੂਰਾ ਸਰਚ ਅਭਿਆਨ ਕੀਤਾ ਜਾ ਰਿਹਾ ਕਿਉਂਕਿ ਇਹ ਪੂਰਾ ਮਹੌਲੀ ਚੰਡੀਗੜ੍ਹ ਦਾ ਬਾਰਡਰ ਏਰੀਆ ਹੈ ਬਿਲਕੁਲ ਆ ਮੈਕਸ ਹਸਪੀਟਲ ਜਿਹੜਾ ਮਾਹੌਲੀ ਖਤਮ ਹੁੰਦਾ ਚੰਡੀਗੜ੍ਹ ਸਟਾਰਟ ਹੁੰਦਾ ਉੱਥੇ ਇਹ ਜੰਗਲ ਏਰੀਆ ਹੈ ਖਾਲੀ ਏਰੀਆ ਹੈ ਜਿੱਥੇ ਇਹ ਬਾਡੀ ਰਿਕਵਰ ਹੋਈ ਆ ਹੁਣ ਇਹ ਹਰਿਆਣਾ ਪੁਲਿਸ ਕਿ ਕਿੱਥੇ ਪੋਸਟਡ ਸੀ ਇੱਥੇ ਕਿਸ ਤਰ੍ਹਾਂ ਪਹੁੰਚਿਆ ਕਿੰਨੇ ਵਾਰ ਕੀਤੇ ਇਹ ਸਾਰਾ ਖੂਨ ਇੱਥੇ ਲਤਪਤ ਪਿਆ ਹੋਇਆ ਸੀਗਾ ਜਦ ਦੀ ਇਨਫੋਰਮੇਸ਼ਨ ਇੱਕ ਰਾਗੀਰ ਇੱਥੇ ਗੁజర్ ਤੇ ਕਿਉਂਕਿ ਇਹ ਬਿਲਕੁਲ ਖਾਲੀ ਰੋਡ ਹੈ ਜੰਗਲ ਏਰੀਆ ਹੈ ਔਰ ਇਸ ਕੱਚਾ ਰਸਤਾ ਅੰਦਰ ਮਲੋਇਆ ਸਾਈਡ ਨੂੰ ਜਾਂਦਾ ਹੈ ਮਲੋਇਆ ਦਾ ਹਾਲਾਂਕਿ ਮਲੋਇਆ ਦਾ ਏਰੀਆ ਇਹ ਪੈਂਦਾ ਹੈ ਹਾਲਾਂਕਿ ਪੁਲਿਸ ਹੁਣ ਇਨਵੈ ਵਰਦੀ ਦੇ ਵਿੱਚ ਇਹ ਮुलिस ਮੁਲਾਜ਼ਮ ਸੀ अजीत ਨਾਂ ਦੱਸਿਆ ਜਾ ਰਿਹਾ ਹੈ ਇਹ ਇੱਥੇ ਕਿਸ ਤਰ੍ਹਾਂ ਪਹੁੰਚਿਆ ਕਿੰਨੇ ਆਖਿਰ ਇਸ ਪੂਰਾ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਪੂਰਾ ਏਰੀਆ ਤੁਸੀਂ ਵੇਖੋ ਕਿ ਇਹ ਇਹ ਜਿਹੜਾ ਏਰੀਆ ਹੈ ਇਹ ਮਹੌਲੀਆ ਨੂੰ ਜਾਂਦਾ ਹੈ ਕੱਚੀ ਸੜਕ ਮਹੌਲੀਆ ਨੂੰ ਜਾਂਦਾ ਹੈ ਕਿਉਂਕਿ ਇਹ ਮਹੌਲੀ ਬਿਲਕੁਲ ਮਹੌਲੀ ਤੇ ਚੰਡੀਗੜ੍ਹ ਦਾ ਬਾਰਡਰ ਏਰੀਆ ਹੈ ਇਸ ਪਾਸੇ ਮਹੌਲੀ ਇਹ ਮੈਕਸ ਹਸਪੀਟਲ ਹੈ ਤਸਵੀਰਾਂ ਤੁਸੀਂ ਵੇਖੋ ਇਹ ਮਹੌਲੀ ਆ ਜਾਂਦਾ ਹੈ ਔਰ ਦੂਜੇ ਪਾਸੇ ਯਾਨੀ ਕਿ ਬਿਲਕੁਲ ਅਪੋਜੀਟ ਪਾਸੇ ਚੰਡੀਗੜ੍ਹ ਯਾਨੀ ਕਿ ਇੱਥੇ ਚੰਡੀਗੜ੍ਹ ਸ਼ੁਰੂ ਹੋ ਜਾਂਦਾ ਹੈ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਇਹ ਪੂਰਾ ਵਾਰਦਾਤ ਤੂੰ ਕਿਸ ਨੇ ਅੰਜਾਮ ਦਿੱਤਾ ਇਸ ਪਾਸੇ ਬੋਡੀ ਕਿੱਥੇ ਆਈ ਕਿੰਨੇ ਮਾਰਿਆ ਇਹ ਸਾਰੀ ਹੁਣ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਨੀਅਰਬਾਈ ਜਿੰਨੇ ਵੀ ਸੀਸੀਟੀਵੀਜ਼ ਨੇ ਪੂਰੇ ਬਾਰਡਰ ਏਰੀਆ ਦੇ ਸੀਸੀਟੀਵੀਜ਼ ਨੇ ਨਾਲ ਹੀ ਮੰਦਿਰ ਹੈ ਉੱਥੇ ਦੀ ਸਾਰੀ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਕਿ ਆਖਿਰ ਇਹ ਕਬਦਾ ਇਹ ਪੂਰਾ ਮੈਟਰ ਹੈ ਇਹ ਕਿੰਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਔਰ ਪੁਲਿਸ ਵਾਲੇ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਗਿਆ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੇ ਨਜ਼ਰ ਆ ਰਹੀ ਹੈ ਕਿਉਂਕਿ ਮਾਮਲਾ ਕਾਫੀ ਸੈਂਸਿਟਿਵ ਹੈ ਪੁਲਿਸ ਦੀ ਵਰਦੀ ਦੇ ਵਿੱਚ ਸੀਗਾ ਕਾਂਸਟੇਬਲ ਦੱਸਿਆ ਜਾ ਰਿਹਾ ਅਜੀਤ ਨਾ ਦਾ ਕਿੱਥੇ ਪੋਸਟ ਸੀ ਕਿੱਥੇ ਦਾ ਰਹਿਣ ਵਾਲਾ ਸੀਗਾ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਪੁਲਿਸ ਵਾਲੇ ਦੀ ਬੋਡੀ ਮਿਲਣ ਤੋਂ ਬਾਅਦ ਸੰਸਰੀ ਦਾ ਮਾਹੌਲ ਹੈ ਇਸੇ ਥਾਂ ਤੇ ਬਿਲਕੁਲ ਇਸੇ ਥਾਂ ਤੇ ਜਿੱਥੇ ਅਸੀਂ ਮੌਜੂਦ ਆ ਇੱਥੇ ਬੋਡੀ ਮਿਲੀ ਹੈ ਔਰ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਇਹ ਡਰੈਸ ਚ ਸੀਗਾ ਦੱਸਿਆ ਜਾ ਰਿਹਾ ਹਰਿਆਣਾ ਪੁਲਿਸ ਦਾ ਕਾਂਸਟੇਬਲ ਹੈ ਔਰ ਜਿਹਦੀ ਬਾਡੀ ਇੱਥੇ ਰਿਕਵਰ ਹੋਈ ਹੈ ਹਾਲਾਂਕਿ ਦੇਖੋ ਇਹ ਖੂਨ ਦੇ ਨਿਸ਼ਾਨ ਵੀ ਇੱਥੇ ਪਏ ਨੇ ਔਰ ਪੁਲਿਸ ਨੇ ਇੱਥੇ ਪੂਰਾ ਸੀਲ ਕਰਨ ਤੋਂ ਬਾਅਦ ਪੂਰੀ ਚੈਕਿੰਗ ਕੀਤੀ ਹੈ ਹੁਣ ਤੱਕ ਦੀ ਜਾਣਕਾਰੀ ਮੁਤਾਬਿਕ अजीत ਹਰਿਆਣਾ ਪੁਲਿਸ ਦਾ ਕਾਂਸਟੇਬਲ ਦੱਸਿਆ ਜਾ ਰਿਹਾ ਇੱਕ ਰਾਗੀਰ ਨੇ ਜਦ ਪੁਲਿਸ ਨੂੰ ਸਵੇਰੇ ਕਰੀਬ 8 ਵਜੇ ਦੀ ਇਨਫੋਰਮੇਸ਼ਨ ਦਿੱਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਿਹੜੀ ਬਾਡੀ ਹੈ ਉਹਨੂੰ ਆਪਣੇ ਕਬਜ਼ੇ 'ਚ ਲੈ ਕੇ 16 ਹਸਪਤਾਲ ਦੇ ਵਿੱਚ ਰਖਵਾ ਦਿੱਤਾ ਹੈ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਸਰ ਤੇ ਕਾਫੀ ਵਾਰ ਕਿਤੇ ਹੋਏ ਸੀਗੇ ਇੱਕ ਥਰਮਸ ਜਿਹੜੇ ਬੋਡੀ ਦੇ ਕੋਲ ਮਿਲਿਆ ਕੁਝ ਸਮਾਨ ਮਿਲਿਆ ਜਿਹੜਾ ਪੁਲਿਸ ਨੇ ਜਿਹੜਾ ਰਿਕਵਰ ਕਰ ਲਿਆ ਇਹ ਪੂਰਾ ਖਾਲੀ ਏਰੀਆ ਹੈ ਹਾਲਾਂਕਿ ਪੁਲਿਸ ਹੁਣ ਪੂਰਾ ਇਹ ਪੂਰਾ ਜਿਹੜਾ ਏਰੀਆ ਹੈ ਉਹਨੂੰ ਖੰਗਾਲ ਰਹੀ ਹੈ ਪੂਰਾ ਸਰਚ ਅਭਿਆਨ ਕੀਤਾ ਜਾ ਰਿਹਾ ਕਿਉਂਕਿ ਇਹ ਪੂਰਾ ਮਹੌਲੀ ਚੰਡੀਗੜ੍ਹ ਦਾ ਬਾਰਡਰ ਏਰੀਆ ਹੈ ਬਿਲਕੁਲ ਅ ਮੈਕਸ ਹਸਪੀਟਲ ਜਿਹੜਾ ਮਾਹੌਲੀ ਖਤਮ ਹੁੰਦਾ ਚੰਡੀਗੜ੍ਹ ਸਟਾਰਟ ਹੁੰਦਾ ਉੱਥੇ ਇਹ ਜੰਗਲ ਏਰੀਆ ਹੈ ਖਾਲੀ ਏਰੀਆ ਹੈ ਜਿੱਥੇ ਇਹ ਬਾਡੀ ਰਿਕਵਰ ਹੋਈ ਆ ਹੁਣ ਇਹ ਹਰਿਆਣਾ ਪੁਲਿਸ ਕਿ ਕਿੱਥੇ ਪੋਸਟਡ ਸੀ ਇੱਥੇ ਕਿਸ ਤਰ੍ਹਾਂ ਪਹੁੰਚਿਆ ਕਿੰਨੇ ਵਾਰ ਕੀਤੇ ਇਹ ਸਾਰਾ ਖੂਨ ਇੱਥੇ ਲਤਪਤ ਪਿਆ ਹੋਇਆ ਸੀਗਾ ਜਦ ਦੀ ਇਨਫੋਰਮੇਸ਼ਨ ਇੱਕ ਰਾਗੀਰ ਇੱਥੇ ਗੁజర్ ਤੇ ਕਿਉਂਕਿ ਇਹ ਬਿਲਕੁਲ ਖਾਲੀ ਰੋਡ ਹੈ ਜੰਗਲ ਏਰੀਆ ਹੈ ਔਰ ਇਸ ਕੱਚਾ ਰਸਤਾ ਅੰਦਰ ਮਲੋਇਆ ਸਾਈਡ ਨੂੰ ਜਾਂਦਾ ਹੈ ਮਲੋਇਆ ਦਾ ਹਾਲਾਂਕਿ ਮਲੋਇਆ ਦਾ ਏਰੀਆ ਇਹ ਪੈਂਦਾ ਹੈ ਹਾਲਾਂਕਿ ਪੁਲਿਸ ਹੁਣ ਇਨਵੈ ਵਰਦੀ ਦੇ ਵਿੱਚ ਇਹ ਮुलिस ਮੁਲਾਜ਼ਮ ਸੀ अजीत ਨਾਂ ਦੱਸਿਆ ਜਾ ਰਿਹਾ ਹੈ ਇਹ ਇੱਥੇ ਕਿਸ ਤਰ੍ਹਾਂ ਪਹੁੰਚਿਆ ਕਿੰਨੇ ਆਖਿਰ ਇਸ ਪੂਰਾ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਪੂਰਾ ਏਰੀਆ ਤੁਸੀਂ ਵੇਖੋ ਕਿ ਇਹ ਇਹ ਜਿਹੜਾ ਏਰੀਆ ਇਹ ਮਲੋਆ ਨੂੰ ਜਾਂਦਾ ਕੱਚੀ ਸੜਕ ਮਲੋਆ ਨੂੰ ਜਾਂਦਾ ਹੈ ਕਿਉਂਕਿ ਇਹ ਮੋਹਾਲੀ ਬਿਲਕੁਲ ਮੋਹਾਲੀ ਤੇ ਚੰਡੀਗੜ੍ਹ ਦਾ ਬਾਰਡਰ ਏਰੀਆ ਹੈ ਇਸ ਪਾਸੇ ਮੋਹਾਲੀ ਇਹ ਮੈਕਸ ਹਸਪੀਟਲ ਹੈ ਤਸਵੀਰਾਂ ਤੁਸੀਂ ਵੇਖੋ ਇਹ ਮੋਹਾਲੀ ਆ ਜਾਂਦਾ ਹੈ ਔਰ ਦੂਜੇ ਪਾਸੇ ਯਾਨੀ ਕਿ ਬਿਲਕੁਲ ਅਪੋਜੀਟ ਪਾਸੇ ਚੰਡੀਗੜ੍ਹ ਯਾਨੀ ਕਿ ਇੱਥੇ ਚੰਡੀਗੜ੍ਹ ਸ਼ੁਰੂ ਹੋ ਜਾਂਦਾ ਹੈ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਇਹ ਪੂਰਾ ਵਾਰਦਾਤ ਤੂੰ ਕਿਸ ਨੇ ਅੰਜਾਮ ਦਿੱਤਾ ਇਸ ਪਾਸੇ ਬੋਡੀ ਕਿੱਥੇ ਆਈ ਕਿੰਨੇ ਮਾਰਿਆ ਇਹ ਸਾਰੀ ਹੁਣ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਨੀਅਰਬਾਈ ਜਿੰਨੇ ਵੀ ਸੀਸੀਟੀਵੀਜ਼ ਨੇ ਪੂਰੇ ਬਾਰਡਰ ਏਰੀਆ ਦੇ ਸੀਸੀਟੀਵੀਜ਼ ਨੇ ਨਾਲ ਹੀ ਮੰਦਿਰ ਹੈ ਉੱਥੇ ਦੀ ਸਾਰੀ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਕਿ ਆਖਿਰ ਇਹ ਕਬਦਾ ਇਹ ਪੂਰਾ ਮੈਟਰ ਹੈ ਇਹ ਕਿੰਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਔਰ ਪੁਲਿਸ ਵਾਲੇ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਗਿਆ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੇ ਨਜ਼ਰ ਆ ਰਹੀ ਹੈ ਕਿਉਂਕਿ ਮਾਮਲਾ ਕਾਫੀ ਸੈਂਸਿਟਿਵ ਹੈ ਪੁਲਿਸ ਦੀ ਵਰਦੀ ਦੇ ਵਿੱਚ ਸੀਗਾ ਕਾਂਸਟੇਬਲ ਦੱਸਿਆ ਜਾ ਰਾ ਅਜੀਤ ਨਾ ਦਾ ਕਿੱਥੇ ਪੋਸਟ ਸੀਟ ਸੀ ਕਿੱਥੇ ਦਾ ਰਹਿਣ ਵਾਲਾ ਸੀਗਾ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ